ਬੈਰੀਅਰ ਤੇ ਜਿਹੜੀ ਹੈ ਕਿ ਸਾਡੀ ਕੋਆਰਡੀਨੇਸ਼ਨ ਮੀਟਿੰਗ ਸੀ ਜਿਸ ਵਕਤ ਵਕਤ ਡਿਪਾਰਟਮੈਂਟ ਦੇ ਬੰਦਿਆਂ ਨੂੰ ਅਸੀਂ ਆਖਿਆ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਟਾਈਮ 'ਚ ਦੂਜੇ ਸੂਬੇ ਆ ਦੂਜੇ ਰਾਜਿਆਂ ਤੋਂ ਲੋਕ ਜਿਹੜੇ ਹੈ ਉਹ ਆਉਣਾ ਸ਼ੁਰੂ ਕਰਨਾ ਜੀ ਜਿਵੇਂ ਕਿ ਸਰਕਾਰ ਦੀ ਬੜੀ ਸਟ੍ਰਿਕਟ ਹਦਾਇਤ ਹੈ ਕਿ ਹਰ ਇੱਕ ਬੰਦੇ ਨੂੰ ਮੋਨੀਟਰ ਕਰਨਾ ਜਿਹੜਾ ਸਾਡੇ ਪੰਜਾਬ 'ਚ ਵੜ ਰਿਹਾ ਹੈ ਕਿਉਂਕਿ ਸ਼ੰਭੂ ਇਸ ਦੀ ਗੇਟਵੇ ਟੂ ਪੰਜਾਬ ਫਰੋਮ ਪਟਿਆਲਾ ਸੋ ਵੀ ਆਰ ਮੋਨੀਟਰਿੰਗ ਔਨ ਅ ਰੀਅਲ ਟਾਈਮ ਬੇਸਿਸ ਇੱਕ ਸੋਫਟਵੇਅਰ ਵੀ ਡਿਵੈਲਪ ਕੀਤਾ ਹੈ ਜਿੱਥੇ ਅਸੀਂ ਹਰ ਇੱਕ ਬੰਦੇ ਦਾ ਡੇਟਾ ਕੈਪਚਰ ਕਰਦੇ ਚਾਹੇ ਕਿਸੇ ਵੀ ਗੱਡੀ 'ਚ ਆਉਂਦਾ ਹੈਗਾ ਉਹਨੂੰ ਅਸੀਂ ਨਾਲ ਦੇ ਨਾਲ ਸਬ ਡਿਵੀਜ਼ਨ ਅਤੇ ਦੂਜੇ ਜ਼ਿਲ੍ਹੇ ਅਤੇ ਦੂਜੇ ਰਾਜ ਦੇ ਨਾਲ ਵੀ ਅਸੀਂ ਸਾਂਝੀ ਕਰਦੇ ਸੋ ਦੈਟ ਬੰਦਿਆਂ ਨੂੰ ਨਾਲ ਦੇ ਨਾਲ ਕੁਆਰੰਟਾਈਨ ਕੀਤਾ ਜਾ ਸਕੇ ਜਿਹੜੀ ਆਜ ਦੀ ਗੜੀ ਸ਼ੰਭੂ ਅਸੀਂ ਇੱਥੇ ਖੜ੍ਹੇ ਇੱਥੇ ਅਸੀਂ ਮਿੰਨੀ ਬੱਸ ਸਟੈਂਡ ਬਣਾ ਰਹੇ ਹਾਂ ਜਿਵੇਂ ਕਿ ਬਾਹਰ ਕੇ ਰਾਜਿਓ ਸੇ ਜਿਹੜੀ ਜਿਹੜੀ ਬੱਸਿਸ ਆਉਣ ਗਿਆ ਉਹ ਜਦੋਂ ਆਪਣੀ ਸਵਾਰੀ ਉਤਾਰੇਗੀ ਅਲੱਗ ਅਲੱਗ ਡਿਸਟ੍ਰਿਕਟਸ ਨੇ ਜਦੋਂ ਜਾਣ ਗਿਆ ਉਹ ਸਾਰਾ ਮੈਕੈਨਿਜ਼ਮ ਅਸੀਂ ਅੱਜ ਫੁੱਲ ਪਰੂਫ ਕੀਤਾ ਅਸੀਂ ਪੂਰੀ ਕੋਸ਼ਿਸ਼ ਇਹ ਕਰੇ ਕਿ ਕਿਸੇ ਤਰ੍ਹਾਂ ਦੀ ਵੀ ਇਹਦੇ ਵਿੱਚ ਕੋਈ ਤਰੁੱਟੀਆਂ ਨਾ ਰਹਿ ਜਾਏ ਬਿਕੋਜ਼ ਇੱਕ ਵੀ ਬੰਦਾ ਪੋਜ਼ਿਟਿਵ ਮਿਕਸਿੰਗ 'ਚ ਆ ਗਿਆ ਉਹ ਕਾਫੀ ਪੰਜਾਬ ਨੂੰ ਖਰਾਬ ਕਰੇਗਾ ਤਾਂ ਇੱਥੇ ਅਸੀਂ 9 ਹੱਟ ਡੈਡੀਕੇਟਡ ਕੀਤੀ ਹੈ 22 ਜ਼ਿਲ੍ਹੇ ਦੇ ਲਈ ਕੋਸ਼ਿਸ਼ ਇਹ ਰਹੇਗੀ ਜਿਵੇਂ ਵੀ ਬੱਸ ਆਏਗੀ ਨਾਲ ਦੇ ਨਾਲ ਰੀਅਲ ਟਾਈਮ 'ਤੇ ਦੂਜੀ ਬੱਸ ਜਿਹੜੀ ਆਪਣੀ ਰਿਸੀਪੈਂਟ ਬੱਸਿਸ ਹੈਗੀ ਉਹ ਉਹਦੇ ਨਾਲ ਲੱਗ ਜਾਣ ਉਹ ਜਿੰਨੇ ਵੀ ਬੰਦੇ ਉਸ ਬੱਸ 'ਤੇ ਚੜ੍ਹ ਕੇ ਆਪਣੇ ਰਿਸਪੈਕਟਿਵ ਡਿਸਟ੍ਰਿਕਟ 'ਚ ਜਾ ਕੇ ਸਕਰੀਨ ਹੋ ਕੇ ਕੁਆਰੰਟਾਈਨ ਹੋ ਜਾਣ ਬਟ ਆਈ ਵਿਲ ਇਨਸ਼ੋਰ ਕਿ ਇੱਥੇ ਜਿਹੜਾ ਲੈਗ 1 ਮਿੰਟ ਦਾ ਵੀ ਨਾ ਹੋਵੇ ਅਦਰਵਾਈਜ਼ ਜਿਵੇਂ ਕਿ ਅਗਰ ਜ਼ਿਆਦਾ ਭੀੜ ਹੋਵੇ ਦਿਸ ਵਿਲ ਕ੍ਰੀਏਟ ਅ ਲਾਅ ਐਂਡ ਆਰਡਰ ਇਸ਼ੂ ਤਾਂ ਜਸਟ ਟੂ ਫੋਰਸੀ ਦੈਟ ਇਤਨਾ ਬੜਾ ਇਸ਼ੂ ਬਣੇਗਾ ਹੀ ਜਾਂ ਇੱਥੇ ਸਾਰੇ ਲੋਕ ਇਕੱਠੇ ਆਉਣਗੇ ਇਹ ਪ੍ਰਬੰਧ ਕੀਤੇ ਜਾ ਰਹੇ ਹਨ ਵਿਲ ਮੇਕ ਸ਼ੋਰ ਇਟ ਵਿਦਿਨ 24 ਆਵਰਸ ਕੱਲ ਸ਼ਾਮ ਤੱਕ ਇਹ ਸਾਰੇ ਪ੍ਰਬੰਧ ਮੁਕੰਮਲ ਕਰ ਦਿਏ ਜਾਣ ਕਿੰਨੇ ਕੁ ਯਾਤਰੀਆਂ ਨੂੰ ਸਵਾਲ ਹਾਲੇ ਸਾਨੂੰ ਕੋਈ ਡੇਟਾ ਨਹੀਂ ਮਿਲਿਆ ਜਿਹੜਾ ਸਟੇਟ ਪੋਰਟਲ 'ਚ ਡੇਟਾ ਆਇਆ ਕਮ ਸੇ ਕਮ ਨਹੀਂ ਤਾਂ 50,000 ਬੰਦਿਆਂ ਦੀ ਹੁਣ ਤੱਕ ਡੇਟਾ ਐਂਟਰੀ ਹੋ ਚੁੱਕੀ ਅਸੀਂ ਆਸ ਕਰਦੇ ਹਾਂ ਜੋ ਵੀ ਡੇਟਾ ਆਏਗਾ ਅਸੀਂ ਉਹਨੂੰ ਜਿਹੜਾ ਨਿਜੇਟਰਨ ਲਈ ਸਾਰੀ ਪ੍ਰਬੰਧ ਕਰਕੇ ਰੱਖਾਂਗੇ